ਲਓ ਜੀ ਇਹ ਤੁਹਾਨੂੰ ਵਿਖਾਉਣਾ ਹੈ ਜਿਹੜੇ ਜਿਹੜੇ ਟਰੈਕਟਰ ਬਕਿਓ ਨੇ ਤੇ ਜਿਹੜੇ ਚੈਨਲ ਤੇ ਨਵੇਂ ਪਹਲਾ ਸਬਸਕ੍ਰਾਈਬ ਕਰ ਲਓ ਨੌਰ ਬੈਲ ਦਾ ਆਈਕਨ ਰਜੂਰਦਾਰ ਜਿਹੜੇ ਫੇਸਬੁੱਕ ਤੇ ਨੇ ਉਹ ਫਾਲੋ ਕਰ ਲਓ ਅਤੇ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ 969 ਵੀ ਖੜਾਗਾ ਜੌਂਡੀ ਦਾ 5319 ਮਾਡਲ ਖੜਾ ਤੇ 5050 डी ਤੇ ਅਲਟੀ ਮਾਡਲ 3730 ਵੀ ਖੜਾ ਨਾਲ ਹੀ ਇਧਰ ਸੋਨਾ ਲੀਕਾ 7 ਮਾਡਲ ਖੜਾਗਾ ਬਾਕੀ ਬੱਸ ਤੁਹਾਨੂੰ ਵਿਖਾਉਣਾ ਹੈ ਚੈਨਲ ਦੇ ਨਾਲ ਐਂਡ ਤੱਕ ਵੀਡੀਓ ਤੇ ਜੁੜੇ ਰਹੋ ਇਧਰੋਂ ਸ਼ੁਰੂ ਕਰਦੇ ਆਂ 5 ਜੌਂਡੀ ਹਰ ਤੋਂ 5050 ਡੀ ਤੋਂ 12 ਮਾਡਲ 485 ਇਹਦੀ ਡਿਮਾਂਡ ਆ ਜਿਹੜੀ ਉਹ ਰੱਖੀ ਗਈ ਆ ਬਾਕੀ ਮੌਕੇ ਤੇ ਲੈਸ ਜਿਹੜਾ ਹੋ ਜੂ ਫਿਕਸਡ ਹੀ ਰੇਟ ਹੈਗਾ ਵੀ 485 ਲਈ ਦੇਣਾ ਬਾਕੀ ਮੌਕੇ ਤੇ ਅਡਜਸਟਮੈਂਟ ਜਿਹੜੀ ਰੇਟ 'ਚ ਹੋ ਜੂਗੀ 50 50 ਡੀ 3 ਸਪੀਡ 'ਚ ਬਿਲਕੁਲ ਸੌਫਟ ਟਰੈਕਟਰ ਹੀ ਨਾਲ ਦੇ ਟਹਰਾਂ 'ਚ ਜੌਂਡੀਅਰ ਤੇ ਉਸ ਤੋਂ ਬਾਅਦ ਫੇਰ ਨਾਲ ਖੜਾ ਇਦਾਂ ਲਈ ਛੜ ਤੇ ਜੌਂਡੀਅਰ 9 ਮਾਡਲ 490000 ਰੁਪਏ ਡਿਮਾਂਡ ਆ ਜਿਹੜੀ ਇਹਦੀ ਰੱਖੀ ਹੋਈ ਹੈਗੀ 5310 ਦੀ ਇਹ ਵੀ ਆ 90 ਪੈਸੇ ਟਾਰਾਂ ਚ ਟਰੈਕਟਰ ਜਿਹੜਾ ਖੜਾਗਾ 5310 ਬਾਕੀ ਮੈ ਕੋ ਪੰਪ ਚਾਗਾ ਤੇ ਉਸ ਤੋਂ ਆਦਾਗਾ 969 ਦੀ ਸਵਰਾਜ ਬਿਲਕੁਲ ਨਵਾਂ ਟਰੈਕਟਰ ਆ 21 ਮਾਡਲ ਆ 830000 ਰੁਪਏ ਡਿਮਾਂਡ ਆ ਜਿਹੜੀ ਇਸ ਟਰੈਕਟਰ ਦੀ ਉਹ ਰੱਖੀ ਹੋਈ ਆ 969 ਦੀ ਬਿਲਕੁਲ ਨਵਾਂ ਟਰੈਕਟਰ ਆ ਇਹ 830 ਡਿਮਾਂਡ ਆ ਜਿਹੜੀ ਮੌਕੇ ਤੇ ਲੈਸ ਹੋ ਜੂਗਾ ਰੇਟ। ਬਾਕੀ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ। ਤੇ ਬਿਲਕੁਲ ਨਵਾਂ ਟਰੈਕਟਰ ਆ ਦੇ ਘਾਟੇ ਵਗੈਰਾ ਜਿਹੜੇ 300 ਘਾਟਾ ਜਿਹੜਾ ਇਹ ਟਰੈਕਟਰ ਆ ਉਹ ਚੱਲਿਆ ਹੋਇਆ। 969 ਤੇ ਆਹ ਮੂਹਮਣੀ ਇੱਕ ਪਾਸੇ ਦੀ ਜਿਹੜੇ ਟੁੱਟੀਆਂ ਨੇ ਅੰਦਰਲੇ ਸਾਈਡ ਨੇ ਖੜੀਆਂ ਨੇ ਇਹ ਟਾਇਰ ਦੀਆਂ 969 ਸਫਰਾਜ ਅੱਠ 3 ਡਿਮਾਂਡ ਆ ਬਾਕੀ ਮੌਕੇ ਤੇ ਐਡਜਸਟਮੈਂਟ ਆ ਰੇਟਸ ਹੋਜੂ ਸਾਤਰੀ ਵਗੈਰਾ ਰੈਕਟਰ ਤੇੜੀ ਉਹ ਲੱਗੀ ਹੋਈ ਹੈਗੀ 70 ਤੇ ਤੇ ਗਾਹਾਂ ਚੱਲਦੇ ਆਪਾਂ ਇਧਰ ਦੀ ਛੜ ਤੇ ਆ ਜਿਓ ਹੌਲੈਂਡ 5500 8 8 ਮਾਡਲ ਆ 370 ਇਹਦੀ ਡਿਮਾਂਡ ਜਿਹੜੀ ਰੱਖੀ ਹੋਈ ਆ ਹੌਲੈਂਡ ਦੀ 5500 ਦੀ 8 ਮਾਡਲ ਦੀ ਤੇ ਨਾਲ ਹੀ ਇਦਾਂ ਜਾਉਂਗੀ ਯਾਰ ਖੜਾ 18 ਮਾਡਲ ਫਾਤਰੀ ਡਿੱਕ ਵਗੈਰਾ ਟਰੈਕਟਰ ਤੇ ਜਿਹੜਾ ਲੱਗਿਆ ਹੋਇਆ ਪੂਰਾ ਗਿਆਨੀਆਂ ਵਾਲਾ ਸਿਸਟਮ ਜਿਹੜਾ ਲੱਗਾ ਹੈ ਟਰੈਕਟਰ ਤੇ 16 ਇੰਚੀ ਲੱਗਿਆ ਹੋਇਆ ਹੈਗਾ ਸਿਸਟਮ ਤੇ ਨਾਲ ਦੇ ਟਾਰਾਂ ਚ 18 ਮਾਡਲ ਟਰੈਕਟਰ ਆ ਇਹਦੀ ਡਿਮਾਂਡ ਆ ਜਿਹੜੀ ਲਿਖੀ ਹੋਈ ਬਾਕੀ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ 8 ਧਾਰਾ ਮਾਡਲ ਜੌਂਡੀ ਆ ਰਸ 5310 ਨਾਲ ਦੇ ਟਾਇਰਾਂ ਚ ਬਾਕੀ ਇੰਜਨ ਵਗੈਰਾ ਦਾ ਸਟੈਟਰ ਬਿਲਕੁਲ ਨਵਾਂ ਪਿਆਗਾ ਤੇ ਡੈੱਕ ਲੱਗਿਆ ਹੈ ਗੈਨੀ ਵਾਲਾ ਸਾਤਰੀ ਵਗੈਰਾ ਗੁੜੀਆਂ ਤੇ ਟਾਇਰਾਂ ਚ ਵੇਟ ਵੀ ਜਿਹੜੇ ਲੋਹੇ ਦੇ ਲੱਗੇ ਹੋਏ ਨੇ ਟਰੈਕਟਰ ਨੂੰ ਪਿਛਲੀ ਸਾਈਡ ਤੇ ਤੇ ਇਹਦਾ ਰੇਟੜਾ ਤੁਸੀਂ ਮੌਕੇ ਤੇ ਪਤਾ ਕਰ ਸਕਦੇ ਹੋ ਹੁਣ ਲਾਗੇ 18 ਮਾਡਲ ਜੌਂਡੀ ਆ ਰਦਾ ਨਾਲ ਇਧਰਲੀ ਸਾਈਡ ਤੇ ਫੇਰ ਖੜਾ ਹੈ 5310 17 ਮਾਡਲ 17 ਮਾਡਲ ਦੀ ਡਿਮਾਂਡ ਹੈ 6,25,000 ਰੁਪਇਆ ਬਾਕੀ 17 ਮਾਡਲ ਦੀ ਹੁਣ 18 ਮਾਡਲ ਇਹਦਾ ਰੇਟ ਜਿਹੜਾ ਤੁਸੀਂ ਆਪ ਹੀ ਫਿਰ ਦੇਖ ਸਕਦੇ ਹੋ ਜਿਹਨੇ 17 ਮਾਡਲ ਨਾਲ ਹੀ ਖੜਾਗਾ ਪਰ ਟਰੈਕਟਰ ਦਾ ਫਰਕ ਬਹੁਤ ਹੈ ਜਿਆਦਾ ਇਹ ਨਵਾਂ ਵੱਧ ਪਿਆ ਤੇ ਇਹ ਛੜਾ ਸੋਹ ਦਾ ਰੰਗ ਜਿਹੜਾ ਫਿੱਕਿਆ ਪਿਆ ਤੇ ਇਹਦੀ ਸੋਹ ਦਾ ਰੰਗ ਜਿਹੜਾ ਪੂਰਾ ਨਵੇਂ ਵਾਂਗੂ ਪਿਆਗਾ ਤੇ ਇਹ 12 ਟਾਰ ਮਾਡਲ ਦਾ ਸੇਫ ਐਂਸੇ 125000 ਰੁਪਏ ਦੀ ਡਿਮਾਂਡ ਆਈ। ਇਹਦੇ ਮੌਕੇ ਤੇ ਲੈਸ ਹੋ ਜੂਗਾ ਨਵੇਂ ਟਾਰਾਂ ਚਾ ਪਿਛਲਿਆਂ ਚ ਤੇ ਮੂਰਲੇ ਨਾਲ ਦੇਣ ਚ ਤੇ ਇਧਰ ਸਟੈਂਡਰਡ ਖੜਾ ਜੀ ਨਾਲ ਹੀ। ਕਿਹਾ ਉਹਨਾਂ ਮਾਡਲ 390 ਇਹਦੀ ਡਿਮਾਂਡ ਆ ਜਿਹੜੀ ਰੱਖੀ ਜੀ ਸਟੈਂਡਰਡ ਦੀ 390000 ਤੇ ਨਾਲ ਹੀ ਇਧਰ ਖੜਾ 7316 ਮਾਡਲ ਆ ਗਿਆ ਜੀ ਲੋ। ਪਲੱਸ 5.5 ਲੱਖ ਰੁਪਏ ਡਿਮਾਂਡ ਆ ਜਿਹੜੀ ਉਹ ਜਿਹੜੀ ਰੱਖੀ ਹੋਈ ਆ ਬਾਕੀ ਮੌਕੇ ਤੇ ਅਡਜਸਟਮੈਂਟ ਜਿਹੜਾ ਰੇਟ ਚ ਹੋ ਜੂਗਾ ਹੌਲੈਂਡ ਦੇ ਕੰਡੀਸ਼ਨ ਦਾ ਟਰੈਕਟਰ ਜਿਹੜਾ ਪੂਰਾ ਸਾਫ਼ ਆ ਸਾਰਾ ਹੌਲੈਂਡ 3730 ਤੇ ਨਾਲ ਹੀ ਅਲਟੀ ਮਾਡਲ ਖੜਾ ਇੱਧਰ ਲਈ ਛੜ ਤੇ ਪੰਜ ਮਾਡਲ ਟਰੈਕਟਰ ਹੈਗਾ ਨਵੇਂ ਟਾਇਰਾਂ ਚਾ ਮੈਕੋ ਪੰਪ ਚਾਗਾ ਇਹ ਤਾਂ ਘਰੀਸਾ ਆ ਵੀ ਨਹੀਂ ਖੁੱਲੀ ਸੀਲ ਇਹਦੀ ਤੇ ਪੂਰਾ ਸਾਫ਼ ਟਰੈਕਟਰ ਹੈਗਾ ਬਾਡੀ ਦਾ ਤੇ ਇਹਦੀ ਡਿਮਾਂਡ ਵੀ ਨਹੀਂ ਲਿਖੀ ਨਵੇਂ ਟਾਇਰਾਂ ਚ ਇਹਦਾ ਵੀ ਤੁਸੀਂ ਹੁਣ ਤੇਦਾ ਪਤਾ ਕਰ ਸਕਦੇ ਹੋ ਟਰੈਕਟਰ ਬਾਰੇ ਤੇ ਬਿਲਕੁਲ ਸਾਫ ਤੇ ਨਵੀਂ ਕੰਡੀਸ਼ਨ ਸਾਫ ਕੰਡੀਸ਼ਨ ਦਾ ਟਰੈਕਟਰ ਹੈਗਾ ਲੈਟੀ ਮਾਡਲ 5 ਮਾਡਲ ਟਰੈਕਟਰ ਹੈ ਇਹਦੀ 5310 ਜੌਂਡੀਆ ਤੇ ਨਾਲ ਇਧਰ ਸੋਨਾਲੀਕਾ ਖੜਾ 750 7 ਮਾਡਲ ਇਹਦੇ ਵੀ ਰੇਟ ਵਗੈਰਾ ਲਿਖਿਆ ਨਹੀਂ ਹੋਇਆ ਅੱਧੇ ਟਾਇਰਾਂ ਚ ਹੈਗਾ ਸੋਨਾਲੀਕਾ 750 ਪੂਰਾ ਸਾਫ ਹੈ ਇਹ ਵੀ ਟਰੈਕਟਰੀ ਇਹ ਜਿਹੜੀ ਟਮਾਂਡ ਆ ਜਿਹੜੀ ਉਹ ਵੀ ਤੁਸੀਂ ਫੋਨ 'ਤੇ ਪਤਾ ਕਰ ਸਕਦੇ ਹੋ ਟਰੈਕਟਰ ਦੀ ਸੱਤ ਮਾਡਲ ਟਰੈਕਟਰ ਹੈਗਾ ਸੋਨਾ ਲੀਕਾ 750 ਮੂਰਲੇ ਟਾ ਰੱਸੀ ਪੈ ਚਪੇ ਪਿਛਲੇ ਲੈਂਦੇ ਆ ਤੇ ਨਾਲ ਹੀ ਇੱਧਰ ਖੜਾ 330 ਪਲੱਸ ਇਹ ਤੇ ਵੀ ਜਿਹੜਾ ਰੇਟ ਵਗੈਰਾ ਨਾ ਮਾਡਲ ਲਿਖਿਆ ਨਹੀਂ ਹੋਇਆ ਟਰੈਕਟਰ ਤੇ ਨਵੇਂ ਟਾ ਰਾਂ ਚਾਗਾ ਬਾਕੀ ਪੂਰਾ ਸਾਫ ਟਰੈਕਟਰ ਇੱਕ ਇੱਧਰ ਫੋਰ ਖੜਾ ਹੌਲੈਂਡ 5500 ਇਹ ਵੀ ਜਿਹੜਾ ਸਾਫ ਹੈ ਕਣੀ ਸੰਦਾ ਟਰੈਕਟਰ ਤੇ ਰਸੀਨ ਆਪਣੇ ਵੈਸੀ ਟਰੈਕਟਰ ਨੇ ਖੜਾਗਾ ਹੌਲਾ 5500 ਸਾਤਰੀ ਸੈਂਪਲ ਲੱਗੀ ਹੋਈ ਆ ਇਹਦਾ ਰੇਟ ਮੁੱਲ ਵੜੀ ਜਿਹੜੀ ਵੀ ਤੁਸੀਂ ਪੁੱਛੀ ਪਤਾ ਕਰ ਸਕਦੇ ਹੋ। ਸੋ ਇਹਨੇ ਦੋਸਤੋ ਡੱਬਕਾਊ ਟਰੈਕਟਰ ਨੇ ਤੇ ਸਾਨੂੰ ਆਪਾਂ ਹੋਰ ਵਹਣੇ ਉਧਰ ਜੌਂਡੀਰ ਖੜਾ 4x4 ਤੇ ਉਹਦੀ ਮੁੱਲ ਵੜੀ ਕੀ ਆ ਤੇ ਸਾਨੂੰ ਦੱਸਦੇ ਆ ਵੀਡੀਓ ਦੇ ਐਂਡ ਤੱਕ ਜੁੜੇ ਰਹੋ। ਹਮ ਇੰਟਰ ਖੜਾ ਜੀ 4x4 5510 ਸਟਾਰਾ ਮਾਡਲ ਆ 790 ਇਹਦੀ ਡਿਮਾਂਡ ਆ ਜਿਹੜੀ ਉਹ ਰੱਖੀ ਹੋਈ ਹੈਗੀ ਜੌਂਡੀਅਰ ਦੀ 4 ਉੱਧਰਲੀ ਛੜ ਤੇ 963 ਖੜਾਈ ਸਵਰਾਜ ਇਹਦੇ ਵੀ ਡੈਕ ਵਗੈਰਾ ਸੱਤਰੀ ਲੱਗੀ ਹੋਈ ਆ ਟਰੈਕਟਰ ਤੇ ਵਿੱਚ ਸੱਲੀ ਛੜ ਤੇ ਮੇਰੀ ਸਪੈਸਟ ਵਾਲਾ 10 ਇੰਚੀ ਲੱਗਾ ਹੋਇਆਗਾ ਤੇ ਮਾਡਲ ਵਗੈਰਾ ਸਾਨੂੰ ਆਪੇ ਦੱਸ ਦੇਣਾ ਦਾ ਉਨ 18 ਮਾਡਲ ਆ ਤੇ ਰੇਟ ਇਹਤੇ ਵੀ ਨਹੀਂ ਲਿਖਾ ਟਰੈਕਟਰ ਤੇ ਹੈ 18 ਮਾਡਲ ਆਗਾ ਇਹ ਵੀ ਉਹਨੂੰ 6 ਲੱਖ ਪਲੱਸ ਹੀ ਹੂ 6 ਤੋਂ ਇਹ ਟਰੈਕਟਰ ਦੀ ਡਿਮਾਂਡ ਹੈ ਜੀ 6 ਲੱਖ ਤੋਂ ਪਲੱਸ ਹੀ ਆ ਫਲਾਸੀ ਹੀ ਮਾਡਲ 6 18 ਮਾਡਲ ਆ ਜਿਵੇਂ ਤੇ ਸਤਰੀ ਵਗਾਰ ਟਰੈਕਟਰ ਤੇੜੀ ਉਹ ਲੱਗੀ ਹੋਈ ਆ ਤੇ ਨਾਲ ਦੇ ਟਾਇਰਾਂ ਚਾ ਬਾਕੀ ਪੂਰਾ ਸਾਫ਼ ਨਹੀਂ ਹਿੰਦਾ ਟਰੈਕਟਰ ਜਿਹੜਾ ਖੜਾ ਹੈਗਾ ਬਾਡੀ ਦਾ ਪੂਰਾ ਸਾਫ ਟਰੈਕਟਰ ਹੈ ਗੁਡੀਅਰ ਦੇ 17ਾਂ ਚ ਤੇ ਨਾਲ ਇਧਰ 5310 ਖੜਾ ਹੈਗਾ ਜੌਂਡੀਅਰ 20 ਮਾਡਲ ਫੁੱਲ ਟੌਪ ਹਿੱਸਾ ਖੋਲਦਾ 20 ਮਾਡਲ ਟਰੈਕਟਰ ਹੈ ਜੌਂਡੀਅਰ 5310 725 ਇਹਦੀ ਡਿਮਾਂਡ ਹੈ ਜਿਹੜੀ ਉਹ ਰੱਖੀ ਹੋਈ ਹੈ ਟਰੈਕਟਰ ਦੀ 20 ਮਾਡਲ 5310 ਬਾਕੀ ਇਹ પાર્ਟੀਆਂ ਵਗੈਰਾ ਵੀ ਲੀਆਂ ਹੋਈਆਂ ਨੇ ਰਮਾ ਤੋਂ ਉਹ ਲਹੀਆਂ ਨੇ ਟਰੈਕਟਰ ਦੇ ਤੇ ਤਰਵੰਜਾ ਪੂਰਾ ਸਾਫ ਕੰਨੀ ਸੰਦਾ ਟਰੈਕਟਰ ਜਿਹੜਾ ਖੜਾ ਈ 20 ਮਾਡਲ 725 ਡਿਮਾਂਡ ਆ ਨਾਲ ਦੇ ਟਾਇਰਾਂ ਚ ਆਪੇ ਸੰਦੇ ਰਿਮ ਵਗੈਰਾ ਟਰੈਕਟਰ ਦੇੜੇ ਉਹ ਤੁਸੀਂ ਵੇਖ ਸਕਦੇ ਹੋ ਵੀ ਪੂਰਾ ਜਿਆਦਾ ਨਵਾਂ ਟਰੈਕਟਰ ਹੈ ਜਿਹੜਾ ਪਿਆਗਾ ਤੇ ਮਗਰਾਟ ਵਗੈਰਾ ਸਿੰਪਲ ਸਤਰੀ ਆ 20 ਮਾਡਲ ਇਹ ਸਾਫ ਹੁਲਦਾ 5510 ਐਮ ਆਰਫ ਦੇ ਟੈਰਾਂ ਚ ਉਕੜਾ ਨਾਲ ਦਾ ਟੈਰਾਂ ਦਾ ਤੇ ਬਾਡੀ ਦਾ ਵੀ ਟਰੈਕਟਰ ਹੈ ਜਿਹੜਾ ਬਿਲਕੁਲ ਨਵਾਂ ਪਿਆਗਾ ਕੁਝ ਘੰਟੇ ਜਿਹੜਾ ਚੱਲਿਆ ਹੋਇਆ 100 200 ਘੰਟਾ ਤਕਰੀਬਨ ਇਹ ਟਰੈਕਟਰ ਹੈ ਜਿਹੜਾ ਚੱਲਿਆ ਹੋਇਆ ਰਿਮਾਂ ਵਗੈਰਾ ਦਾ ਬਿਲਕੁਲ ਨਵਾਂ ਟਰੈਕਟਰ ਹੈ ਇਹ ਬਾਹੀ ਤੇ ਚੱਲਿਆ ਹੋਇਆ ਟਰੈਕਟਰ ਆ ਪਾਇਦਾ ਨਾ ਤੁਸੀਂ ਇਹਨਾਂ ਦਾ ਜਿਹੜਾ ਟਰੈਕਟਰ ਦਾ ਉਹ ਲਾ ਸਕਦੇ ਹੋਗੇ ਇਹ ਟਰੈਕਟਰ ਕਿੰਨਾ ਕਿ ਚੱਲਿਆ ਹੋਊਗਾ ਤੇ ਮੀਟਰ ਵੇਰਾ ਵੇਖ ਸਕਦੇ ਹਾਂ ਪ੍ਰੋਮੋਗਰਾਟ ਵਗੈਰਾ ਸੀਟ ਕਵਰ ਵੀ ਜਿਹੜਾ ਹੈ ਟਰੈਕਟਰ ਦੇ ਲਹੇ ਨਹੀਂਗੇ ਮੂਜਕਰ ਪਏ ਨੇ ਨਾਲ ਤੇ ਇਹਦੀ ਡਿਮਾਂਡ ਲਈ 7 ਲੱਖ 25000 ਰੁਪਇਆ ਰੱਖੀ ਗਈ ਆ ਬਾਕੀ ਮੌਕੇ ਤੇ ਐਡਜਸਟਮੈਂਟ ਹੋ ਜਾਊਗਾ 20 ਮਾਡਲ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਆ ਤੇ ਟੌਪ ਮਾਡਲ ਟਰੈਕਟਰ ਹਿੱਸਾ ਕੋਲ ਦਾ ਡਬਲ ਡਿਸਟ੍ਰਿਬਿਊਟਰ ਚ ਹੈ ਤੇ ਤੇ ਰੇਟ ਆ ਗਿਆ ਇੱਧਰ ਇਹ ਸਾਨੂੰ ਪਹਿਲਾਂ ਦਿਖਾ ਚੁੱਕੇ ਆਂਗੇ ਤੇ 4x4 ਹੋਰ ਜੌਂਡੀਅਰ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਜੀ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ 12 ਮਾਡਲ 855 ਜੀ ਸੈਂਪਲ ਸਟੇering ਚ ਤੇ ਜਿਹੜੀ ਡਿਮਾਂਡ ਹੈ ਜਿਹੜੀ ਫੋਨ 'ਤੇ ਪਤਾ ਕਰ ਸਕਦੇ ਹਾਂ 14 ਦੇ ਟਾਰਾਂ ਚ ਬਾਕੀ ਰਿਮਾਂ ਵਗੈਰਾ ਦਾ ਸਾਫ਼ ਆ ਟਰੈਕਟਰ 12 ਮਾਡਲ 855 ਟਮਾਟਰੀ ਤੇ ਨਾਲ ਇਹਦੇ ਜਗਤਜੀਤ ਮਸ਼ੀਨ ਆ ਇਹਦੀ 20 ਮਾਡਲ ਉਹ ਖੜੀ ਆ ਇੱਕ ਸੀਜ਼ਨ ਲੱਗਿਆ ਹੋਇਆ ਮਸ਼ੀਨ ਦਾ ਆਗੁਰ ਤੋਂ ਵੀ ਜਿਹੜਾ ਹਜੇ ਰੰਗ ਲਿਆ ਹਾ ਨਹੀਂ ਮਸ਼ੀਨ ਦੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਮਸ਼ੀਨ ਆ 20 ਮਾਡਲ ਆ ਐਮ ਆਰਫ ਦੇ ਟਰਾ ਚ ਤੇ ਪੂਰੀ ਸਾਫ ਮਸ਼ੀਨ ਹੈ ਜਿਹੜੀ ਪਈ ਆ ਜੀ 20 ਮਾਡਲ ਆ ਕੀ ਤੇ ਜਿਹੜੇ ਵੀ ਇਹਨੇ ਕੰਟ੍ਰੈਕਟ ਖਰੀਦਣੀਆਂ ਤਾਂ ਕੰਟ੍ਰੈਕਟ ਕਰਕੇ ਮਸ਼ੀਨ ਹੈ ਜਿਹੜੀ ਉਹ ਖਰੀਦ ਸਕਦੇ ਬਿਲਕੁਲ ਸਾਫ ਮਸ਼ੀਨ ਆ ਬਾਕੀ ਹੁੱਕ ਵਗੈਰਾ ਜਿਹੜੀ ਉਹ ਵੀ ਤੁਸੀਂ ਦੇਖ ਸਕਦੇ ਹੋ ਮਹੀਨ ਦੀ ਤੇ ਬਹੁਤ ਘੱਟ ਚੱਲੀ ਹੋਈ ਮਸ਼ੀਨ ਆ ਜਿਹੜੇ ਵੀਰ ਨੇ ਖਰੀਦਣੀਆਂ ਮਾਲ ਕੁ ਜਿੰਨਾ ਕੰਟੈਕਟ ਕਰਕੇ ਤੁਸੀਂ ਇਹ ਮਸ਼ੀਨ ਜਿਹੜੀ ਖਰੀਦ ਸਕਦੇ ਹੋ ਜਗਤ ਜੀਤ 20 ਮਾਡਲ ਮਸ਼ੀਨ ਆ ਤੇ 12 ਮਾਡਲ ਟਰੈਕਟਰ ਆਗਾ ਤੇ ਕੰਟੈਕਟ ਕਰਕੇ ਤੁਸੀਂ ਮਸ਼ੀਨ ਤੇ ਟਰੈਕਟਰ ਜਿਹੜਾ ਉਹ ਖਰੀਦ ਸਕਦੇ ਹੋ